ਔਰ ਮੈਂ ਤੁਹਾਨੂੰ ਭੇਤ ਦੀ ਗੱਲ ਦੱਸਣੀ ਚਾਹੁੰਦਾ ਹਾਂ। ਤੁਸੀਂ ਮੈਨੂੰ ਇਹ ਦੱਸੋ, ਜਦੋਂ ਕੋਈ ਵੀ ਸਮਾਜਿਕ ਤੌਰ 'ਤੇ ਕੰਮ ਹੁੰਦਾ ਆ, ਪਹਿਲਾਂ ਸੀਨੀਅਰ ਆਉਂਦਾ ਆ ਕਿ ਜੂਨੀਅਰ ਆਉਂਦਾ ਆ? ਸੋ ਹਮੇਸ਼ਾ ਪਹਿਲਾਂ ਜੂਨੀਅਰ ਆਉਂਦਾ ਅਤੇ ਸੀਨੀਅਰ ਬਾਅਦ ਵਿੱਚ ਆਉਂਦਾ। ਪਰ ਜਦੋਂ ਤੁਸੀਂ ਚਰਚ ਨੂੰ ਆਉਂਦੇ ਆ, ਤੁਸੀਂ ਕਿੱਦਾਂ ਆਉਂਦੇ ਆ? ਤੁਸੀਂ ਲੇਟ ਆਉਂਦੇ ਆ, ਤੁਸੀਂ ਫਿਰ ਸੀਨੀਅਰ ਬਣ ਕੇ ਆਉਂਦੇ ਆ। ਅਤੇ ਮੈਂ ਕਹਿਣਾ ਚਾਹੁੰਦਾ, ਜਿਹੜੇ ਸੀਨੀਅਰ ਬਣ ਕੇ ਆਉਂਦੇ ਆ, ਉਹ ਕਿੱਦਾਂ ਪ੍ਰਭੂ ਦੇ ਘਰ ਵਿੱਚੋਂ ਬਰਕਤ ਲੈ ਸਕਦੇ ਆ? ਜਿਹੜਾ ਪਹਿਲਾਂ ਹੀ ਉੱਚਾ ਹੋ ਕੇ ਆਉਂਦਾ, ਹੰਕਾਰ ਦੇ ਨਾਲ ਆਉਂਦਾ, ਜਦ ਤੁਹਾਨੂੰ ਪਤਾ ਹੈ ਕਿ ਇਬਾਦਤ ਦਾ ਟਾਈਮ ਜਿਹੜਾ ਉਹ 10:15 ਜਾਂ 10 ਵਜੇ ਆ, ਤਾਂ ਤੁਸੀਂ ਕਿਉਂ ਇਬਾਦਤ ਤੋਂ ਪਹਿਲਾਂ ਆ ਕੇ 10 ਮਿੰਟ ਨਹੀਂ ਬੈਠਦੇ? ਕਿਉਂਕਿ ਜਦੋਂ ਹੀ ਇਬਾਦਤ ਸ਼ੁਰੂ ਹੁੰਦੀ, ਤੁਹਾਨੂੰ ਪਤਾ, ਸਵਰਗ ਖੁੱਲ੍ਹਣਾ ਸ਼ੁਰੂ ਹੋ ਜਾਂਦਾ। ਪਰ ਇਹ ਉਹਨਾਂ ਲੋਕਾਂ ਦੇ ਲਈ ਆ ਜਿਹੜੇ 'ਤੇ ਵਿਸ਼ਵਾਸ ਕਰਦੇ ਆ, ਪਰ ਜਿਹੜੇ 'ਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਦੇ ਲਈ ਨਹੀਂ ਆ। ਜਦੋਂ ਤੁਸੀਂ ਉੱਥੇ ਆ ਕੇ ਬਹਿੰਦੇ ਆ, ਸਵਰਗ ਖੁੱਲ੍ਹਣਾ ਸ਼ੁਰੂ ਹੋ ਜਾਂਦਾ, ਫਿਰ ਤੁਸੀਂ ਬਰਕਤ ਨੂੰ ਪਾਉਂਦੇ ਆ। ਪਰ ਜਦੋਂ ਸਵਰਗ ਖੁੱਲ੍ਹਣਾ ਸ਼ੁਰੂ ਹੁੰਦਾ, ਤੁਸੀਂ ਉੱਥੇ ਹੁੰਦੇ ਹੀ ਨਹੀਂ। ਇਹਦਾ ਮਤਲਬ ਤੁਸੀਂ ਯੂਨੀਅਰ ਬਣ ਕੇ ਨਹੀਂ ਆਉਂਦੇ, ਛੋਟੇ ਬਣ ਕੇ ਨਹੀਂ ਆਉਂਦੇ, ਤੁਸੀਂ ਸੀਨੀਅਰ ਬਣ ਕੇ ਆਉਣੇ ਆ। ਵੀ ਜਦੋਂ ਮਰਜ਼ੀ ਚੱਲ ਜਾਓ, ਕੋਈ ਫਰਕ ਨਹੀਂ ਪੈਂਦਾ ਹੈਗਾ। ਬਹੁਤ ਸਾਰੇ ਪਰਿਵਾਰ ਆ ਜਿਹੜੇ ਬਰਕਤ ਪਾਉਂਦੇ ਨਹੀਂ ਹੈਗੇ, ਉਹਦਾ ਇਹੀ ਇੱਕ ਰੀਜ਼ਨ ਆ, ਕਿਉਂਕਿ ਉਹਨਾਂ ਨੇ ਯਹੋਵਾ ਨੂੰ ਉਹਦੀ ਬਣਦੀ ਇੱਜ਼ਤ ਨਹੀਂ ਦਿੱਤੀ। ਉਹਨਾਂ ਨੇ ਆਪਣੇ ਮਨ ਵਿੱਚ ਪਰਮੇਸ਼ਵਰ ਦੀ ਵੇਦੀ ਦੇ ਭੈ ਨੂੰ ਕਾਇਮ ਨਹੀਂ ਕੀਤਾ। ਉਹਨਾਂ ਨੂੰ ਲੱਗਦਾ, ਕੋਈ ਗੱਲ ਨਹੀਂ, ਜੋ ਵੀ ਅਸੀਂ ਕਰੀ ਜਾਂਦੇ ਹਾਂ, ਉਹਨਾਂ ਨੂੰ ਲੱਗਦਾ ਅਸੀਂ ਬੁੱਧੀਮਾਨ ਹਾਂ, ਇਹ ਸਭ ਠੀਕ ਹੋ ਰਿਹਾ। ਪਰ ਮੈਂ ਅੱਜ ਦੱਸਣਾ ਚਾਹੁੰਦਾ, ਮੇਰੇ ਪਿਆਰਿਓ, ਇਹ ਠੀਕ ਨਹੀਂ ਆ।